ਜ਼ਿਲ੍ਹਾ ਰੂਪਨਗਰ ਤੋਂ ਭਾਜਪਾ ਦੇ ਆਗੂ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਦਾ ਅੱਜ ਕੀਰਤਪੁਰ ਸਾਹਿਬ ਵਿਖੇ ਪਹੁੰਚਣ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ। ਜਤਿੰਦਰ ਸਿੰਘ ਅਠਵਾਲ ਇੱਥੇ ਸ਼ੀਤਲਾ ਮਾਤਾ ਮੰਦਰ ਵਿਖੇ ਪਹੁੰਚੇ ਸਨ, ਜਿਸ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਲੱਗੀ ਅਤੇ ਉਹਨਾਂ ਨੇ ਮੰਦਰ ਦੇ ਬਾਹਰ ਜਾ ਕੇ ਜਤਿੰਦਰ ਸਿੰਘ ਅਠਵਾਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਕਿਹਾ ਹੈ ਕਿ ਜਤਿੰਦਰ ਸਿੰਘ ਅਠਵਾਲ ਸਿਰਫ ਆਪਣੀ ਪਾਰਟੀ ਦੀ ਸ਼ਾਖ ਬਚਾਉਣ ਲਈ ਇੱਕ ਡਰਾਮੇ ਤਹਿਤ ਮਾਸਕ ਵੰਡਣ ਕੀਰਤਪੁਰ ਸਾਹਿਬ ਪਹੁੰਚੇ ਨੇ, ਜਿੱਥੇ ਉਹਨਾਂ ਦਾ ਵਿਰੋਧ ਕੀਤਾ ਗਿਆ। ਦੇਖੋ ਜੀ, ਅੱਜ ਅਸੀਂ ਜਤਿੰਦਰ ਅਠਵਾਲ ਇੱਥੇ ਡਰਾਮਾ ਕਰਨ ਵਾਸਤੇ ਆਇਆ, ਉਹ ਮਾਸਕ ਵੰਡਣ ਦਾ ਡਰਾਮਾ ਕਰ ਰਹੀ ਹੈ ਬੀਜੇਪੀ ਸਰਕਾਰ। ਅਸੀਂ ਉਹਦਾ ਵਿਰੋਧ ਕਰਦੇ ਹਾਂ। ਜਦੋਂ ਤੱਕ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਇਹ ਵਿਰੋਧ ਲਗਾਤਾਰ ਚੱਲਦਾ ਰਹੇਗਾ। ਬੀਜੇਪੀ ਦੇ ਦਲੇ ਜਿਹੜੇ ਹੈਗੇ ਆ, ਜਿਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ, ਉੱਥੇ ਕੋਈ ਵੈਂਟੀਲੇਟਰਾਂ ਦਾ ਪ੍ਰਬੰਧ ਨਹੀਂ, ਕੋਈ ਆਕਸੀਜਨ ਦਾ ਪ੍ਰਬੰਧ ਨਹੀਂ। ਪਰ ਆਹ ਪਿੰਡਾਂ ਦੇ ਵਿੱਚ ਆ ਕੇ ਪਿੰਡਾਂ ਦਾ ਮਾਹੌਲ ਫਿਰਕੂ ਪ੍ਰਸਾਦ ਦੰਗੇ ਭੜਕਾਉਣਾ ਚਾਹੁੰਦੀ ਹੈ ਬੀਜੇਪੀ। ਇਹਨਾਂ ਨੂੰ ਚੇਤਾਵਨੀ ਹੈ ਕਿ ਤੁਰੰਤ ਵਾਪਸ ਜਾਇਆ ਜਾਵੇ ਇੱਥੋਂ। ਅਸੀਂ ਸ਼ਾਂਤਮਈ ਢੰਗ ਨਾਲ ਆਪਣਾ ਕਿਸਾਨਾਂ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਲੇਕਿਨ ਇਹ ਖਾਮ ਖਾ ਬੀਜੇਪੀ ਜੋ ਸਰਕਾਰ ਹੈ ਹੁਣ ਮਾਹੌਲ ਖਰਾਬ ਕਰ ਰਹੀ ਹੈ ਪੰਜਾਬ ਦਾ। ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਆਪਣਾ ਲੋਕਾਂ ਨੂੰ ਆਪਸ ਵਿੱਚ ਲੜਾ ਰਹੇ ਆ। ਕੁਛ ਗੁੰਡੇ ਆ ਜਿਹੜੇ ਬੀਜੇਪੀ ਨੇ ਕਿਰਾਏ ਦੇ ਉੱਪਰ ਛੱਡੇ ਹੋਏ ਆ, ਬਾਕੀ ਸਾਡਾ ਹਿੰਦੂ ਭਾਈਚਾਰਾ ਜਾਂ ਸਾਡਾ ਸਿੱਖ ਭਾਈਚਾਰਾ ਆਪਣੀ ਆਪਸ ਵਿੱਚ ਸਾਂਝ ਰੱਖਣੀ ਚਾਹੁੰਦਾ ਹੈ। ਇਹ ਬੀਜੇਪੀ ਸਰਕਾਰ ਜੋ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਆ, ਇਹ ਸਾਨੂੰ ਆਪਸ ਵਿੱਚ ਦੋ ਫਾੜ ਕਰਨਾ ਚਾਹੁੰਦੀ ਹੈ। ਅਸੀਂ ਇਹਨਾਂ ਦੀਆਂ ਚਾਲਾਂ ਵਿੱਚ ਨਹੀਂ ਆਵਾਂਗੇ, ਨਾ ਹੀ ਇਹਨਾਂ ਨੂੰ ਇਹ ਕੁੱਤੇ ਕੰਮ ਕਰਨ ਦੇਵਾਂਗੇ। ਆਕਸੀਜਨ ਦੀ ਲੋੜ ਹੈ, ਆਕਸੀਜਨ ਇਹਨਾਂ 'ਤੇ ਪੂਰੀ ਨਹੀਂ ਹੋ ਰਹੀ ਅਤੇ ਖੂਨਦਾਨ ਦੇ ਕੈਂਪ ਲਾਉਂਦੇ ਆ। ਜਿੱਥੇ ਆਕਸੀਜਨ ਦੀ ਲੋੜ ਹੈ ਉੱਥੇ ਆਕਸੀਜਨ ਚਾਹੀਦੀ ਹੈ, ਖੂਨਦਾਨ ਨਹੀਂ ਚਾਹੀਦਾ ਉੱਥੇ। ਨਾਲੇ ਇਹਨਾਂ ਦਾ ਗੰਦਾ ਖੂਨ ਅਸੀਂ ਹੋਰ ਲੋਕਾਂ ਨੂੰ ਨਹੀਂ ਚੜ੍ਹਨ ਦੇਵਾਂਗੇ, ਤਾਂ ਜੋ ਹੋਰ ਲੋਕ ਵੀ ਖਰਾਬ ਹੋ ਜਾਣ, ਇਹਨਾਂ ਵਰਗੇ ਦੱਲੇ ਬਣ ਜਾਣ। ਇਹ ਪੰਜਾਬ ਨਾਲ ਧਰੋਕ ਮਾਰ ਰਹੇ ਆ, ਪੰਜਾਬ ਨੂੰ ਥੱਲੇ ਲਾਉਣਾ ਚਾਹੁੰਦੇ ਆ। ਆਕਸੀਜਨ ਦੇ ਨਹੀਂ ਸਕਦੇ, ਆਕਸੀਜਨ ਇਹਨਾਂ 'ਤੇ ਪੂਰੀ ਨਹੀਂ ਹੋ ਰਹੀ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਉਹ ਇੱਥੇ ਸ਼ੀਤਲਾ ਮਾਤਾ ਮੰਦਰ ਵਿਖੇ ਮੱਥਾ ਟੇਕਣ ਆਏ ਸੀ ਅਤੇ ਉਹਨਾਂ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਨਹੀਂ ਸੀ ਬਲਕਿ ਸਿਆਸਤਦਾਨਾਂ ਦੇ ਭੇਜੇ ਹੋਏ ਵਰਕਰ ਸੀ। ਕਿਸਾਨਾਂ ਨੇ ਤਾਂ ਜਿਹੜੇ ਕਣਕ ਦੇ ਆਪਣੇ ਪੈਸੇ ਆ, ਗੌਰਮੈਂਟ ਨੂੰ ਆਪਣੇ ਅਕਾਊਂਟ ਨੰਬਰ ਦੇ ਕੇ ਸਾਰੇ ਪੈਸੇ ਜਿਹੜੇ ਆ ਆਪਣੇ ਖਾਤਿਆਂ ਦੇ ਵਿੱਚ ਪਵਾ ਲਏ ਆ। ਇਹਦਾ ਮਤਲਬ ਕੀ ਹੈ, ਕਿਸਾਨ ਜਿਹੜਾ ਉਹ ਮੋਦੀ ਜੀ ਦੇ ਜਿਹੜੇ ਕਾਨੂੰਨ ਬਣਾਏ ਆ, ਜਿਹੜਾ ਆਮ ਕਿਸਾਨ ਹੈ ਉਹ ਖੁਸ਼ ਹੈ, ਕਿਉਂਕਿ ਉਹਨੇ ਪੇਮੈਂਟ ਆਪਣੀ ਲੈ ਲਈ, ਉਹਦੇ ਖਾਤੇ ਪੈਸੇ ਵੀ ਪੈ ਗਏ, ਉਹ ਤਾਂ ਵਿਰੋਧ ਕਰਦਾ ਹੀ ਨਹੀਂ। ਇਹ ਤਾਂ ਜਿਹੜਾ ਵਿਰੋਧ ਹੈ ਇਹ ਕਾਂਗਰਸ ਦੇ ਭੇਜੇ ਹੋਏ ਜਿਹੜੇ ਨੁਮਾਇੰਦੇ ਨੇ, ਇਹ ਉਹ ਹੈ। ਬਾਕੀ ਦੂਸਰੇ ਲੋਕ ਜਿਹੜੇ ਆ, ਕਿਸਾਨ ਜਿਹੜਾ ਆਮ ਕਿਸਾਨ ਹੈ, ਉਹ ਵਿਰੋਧ ਨਹੀਂ ਕਰਦੇ। ਬਿਲਕੁਲ, ਬਹੁਤ ਵਧੀਆ ਕੁਸ਼ਚਨ ਪੁੱਛਿਆ। ਸਾਡਾ ਅਨੰਦਪੁਰ ਸਾਹਿਬ ਦੇ ਅੰਦਰ ਖੂਨਦਾਨ ਕੈਂਪ ਹੈ, ਉੱਥੇ ਜਾ ਕੇ ਦੇਖਦੇ ਹਾਂ ਕੀ ਮਾਹੌਲ ਹੈ। ਅਸੀਂ ਉੱਥੇ ਕਰੋਨਾ ਦੇ ਮਰੀਜ਼ਾਂ ਲਈ ਪਲਾਜ਼ਮਾ ਦਾਨ ਕਰਨਾ, ਬਲੱਡ ਦਾਨ ਕਰਾਂਗੇ, ਜਿਹੜਾ ਕਿ ਕਰੋਨਾ ਦੇ ਮਰੀਜ਼ਾਂ ਦੇ ਲਈ ਕੰਮ ਆ ਸਕੇ।